की लगता कि जीरे धरना पिछले 5 महीने तो चल रहा है। सरकार बन तो पहले यह भी गल कही जाती सी जिहड़े कितें फैक्ट्रियां गंदा पानी थले सड़दियां ने जां उन्हां नाल साडे किसानां दियां जमीनां खराब हुंदियां ने, साडा पानी खराब हुंदा है, असीं उह फैक्ट्रियां बंद कर देंगे। पिछले 5 महीनों तो धरना किसान लाई बैठे, हजे तक उन्हां दी कोई पुछ पड़ताल नहीं कर रहे। मुख्यमंत्री मानता है गल भी उन्होंने प्रदूषण पानी इन्नी सतह डूंगी सतह ते डिग गया जिते पहला किसान गए नहीं सी, अजे पहुंचे नहीं। प्रदूषण कंट्रोल बोर्ड की रिपोर्ट तो लैबोरेटरी की रिपोर्ट जी इन्ह ने उधारे इन्हों के हाथ च ने कारपोरेट के उन्होंने तो जो मर्जी लिखा होना। वो कहते लैब टेस्ट करवाया, पिछले दिन बयान भी आता रिपोर्ट भी आती, कैब टेस्ट करवाया, कहते जी पानी सही है, जान बुझ के किसान धक्के धरना ला रहे हैं, मनुख पानी पी के दिखावे। की लगता कि जीरा फैक्ट्री बंद हो जू? देखो फैक्ट्री लोगों की मंग है बंद कर दी, तो यह तो सरकार ने सोचना भी अभी चलाना कि बंद कर दी, तो इतों तक भी यह चिट्टे जुड़ी गल्लां भी आ रही ने, यह जो कैमिकल पैदा कर दी। ਇਹਦਾ ਖੁੱਲ੍ਹ ਕੇ ਵਿਰੋਧ ਕਰ ਰਹੇ ਹੋ? ਅਸੀਂ ਖੁੱਲ੍ਹ ਕੇ ਨਹੀਂ, ਡਟ ਕੇ। ਪਿਛਲੇ ਦਿਨ ਅਮਨ ਅਰੋੜਾ ਮੰਤਰੀ ਨੇ ਤੁਹਾਡੇ ਏਰੀਏ ਦੇ ਨੇ, ਉਹ ਕਹਿੰਦੇ ਜਿਹੜੇ ਤਾਂ ਕਿਸਾਨ ਧਰਨਾ ਲਾ ਰਹੇ ਨੇ ਉਹ ਜਾਣ ਬੁੱਝ ਕੇ ਗਲਤ ਧਰਨਾ ਲਾ ਰਹੇ ਨੇ। ਤੁਸੀਂ ਬੈਠ ਕੇ ਤਾਂ ਦੇਖੋ, ਸਰਦੀਆਂ ਦੇ ਰੁੱਤ 'ਚ ਬਾਹਰ ਇੱਕ ਮਿੰਟ ਉਹ ਇਲਾਕੇ ਦੇ ਲੋਕਾਂ ਦਾ ਦਿਮਾਗ ਖਰਾਬ ਹੈ ਵੀ ਉਹ ਧਰਨੇ 'ਤੇ ਬੈਠੇ ਕੀ ਉਹ ਫੈਕਟਰੀ ਨੇ ਉਹਨਾਂ ਦੀ ਨਿੱਜੀ ਦੁਸ਼ਮਣੀ ਆ ਕੋਈ? ਕਾਂਗਰਸ ਦੇ ਪ੍ਰਧਾਨ ਹੈ ਅਮਰਿੰਦਰ ਸਿੰਘ ਰਾਜਾਵੜਿੰਗ, ਉਹ ਵੀ ਇਹ ਗੱਲ ਕਹਿੰਦੇ ਨੇ, ਕਹਿੰਦੇ ਹਾਈ ਕੋਰਟ ਦਾ ਮਸਲਾ ਹੈ, ਜਾਣ ਬੁੱਝ ਕੇ ਪ੍ਰਦਰਸ਼ਨਕਾਰੀ ਕਰ ਰਹੇ ਨੇ, ਜੇ ਧਰਨਾ ਵੀ ਲਾਉਣਾ ਕਹਿੰਦੇ ਆਸੇ ਪਾਸੇ ਕਰ ਲੈਣ। ਤੁਸੀਂ ਜਦੋਂ ਤੁਹਾਡੇ ਉਹ ਮੰਤਰੀ ਦੇ ਉੱਤੇ ਕੇਸ ਪਿਆ, ਤੁਸੀਂ ਉਹਨੂੰ ਛਡਾਉਣ ਵਾਸਤੇ ਧਰਨੇ ਲਾਉਣ ਗਏ? ਜੇ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਾਂ, ਕਈ ਰਾਜਨੀਤਿਕ ਜਮਾਤਾਂ ਦੀ ਗੱਲ ਕਰਾਂ, ਉਹ ਖੁੱਲ੍ਹ ਕੇ ਇਸ ਵਿਸ਼ੇ 'ਤੇ ਕਿਉਂ ਨਹੀਂ ਬੋਲ ਰਹੀਆਂ ਕਿ ਭਾਈ ਪਾਣੀ ਪ੍ਰਦੂਸ਼ਣ ਹੋ ਰਿਹਾ, ਸਾਡਾ ਜਿਹੜਾ ਹੈਗਾ ਹਵਾ ਸਾਡੀ ਖਰਾਬ ਹੋ ਰਹੀ ਹੈ, ਇਹਨੂੰ ਬੰਦ ਕੀਤਾ ਜਾਣਾ ਚਾਹੀਦਾ ਜਾਂ ਕੋਈ ਮਸਲੇ ਦਾ ਹੱਲ ਹੋਣਾ ਚਾਹੀਦਾ? ਇਹ ਕਾਰਪੋਰੇਟ ਦੇ ਤੋਂ ਇਹ ਪੈਸੇ ਲੈਂਦੇ ਆ ਵੋਟਾਂ ਵੇਲੇ, ਇਹ ਕਾਰਪੋਰੇਟ ਦੇ ਪੱਖ ਦੀਆਂ ਪਾਲਿਸੀਆਂ ਕਰਦੇ ਆ। ਕਾਰਪੋਰੇਟ ਅਸਲ 'ਚ ਇਹਨਾਂ ਨੂੰ ਚਲਾਉਣ ਵਾਲਾ ਕਾਰਪੋਰੇਟ। ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ ਆਪਣਾ ਪੱਖ ਰੱਖਿਆ, ਉਹ ਕਹਿੰਦੇ ਅਸੀਂ ਕਿੰਨੇ ਕਿਸਾਨਾਂ 'ਤੇ FIR ਰਜਿਸਟਰ ਕਰਤੇ, ਕਿੰਨੇ ਕਿਸਾਨ ਗ੍ਰਿਫਤਾਰ ਕਰ ਲਏ, ਕਹਿੰਦੇ ਅਸੀਂ ਕੰਮ ਕਰ ਰਹੇ ਹਾਂ। ਜਦੋਂ ਉਹਨੇ ਫੈਕਟਰੀ ਮਾਲਕ ਨੇ ਕਿਹਾ ਜੀ ਤੁਸੀਂ ਮੈਂ ਸਾਡੀ ਫੈਕਟਰੀ ਚਲਾਓ, ਕਹਿੰਦਾ ਮੈਂ ਹੁਕਮ ਹੀ ਕਰ ਸਕਦਾ, ਬਾਕੀ ਕੰਮ ਤਾਂ ਸਰਕਾਰ ਨੇ ਕਰਨਾ ਹੁੰਦਾ। ਜੱਜ ਨੂੰ ਆਪਦੀ ਬੋਲੀ ਬਦਲਣੀ ਪੈ ਗਈ। ਕਿਸ ਤਰੀਕੇ ਦੇ ਨਾਲ ਭਗਵੰਤ ਸਿੰਘ ਮਾਨ ਕਹਿੰਦੇ ਸੀ ਮੈਂ ਪੰਜਾਬ ਪੱਖੀ ਹਾਂ, ਕੀ ਲੱਗਦਾ ਪੰਜਾਬ ਪੱਖੀ ਫੈਸਲੇ ਆ ਰਹੇ ਨੇ? ਨੀਤੀਆਂ ਪਾਲਿਸੀਆਂ 'ਤੇ ਇਹ ਸਾਰੇ ਇੱਕੋ ਥਾਲੀ ਦੇ ਚੱਟੇ ਬੱਟੇ। ਹਿੰਦੁਸਤਾਨ ਦੇ ਵਿੱਚ ਕੋਈ ਵੀ ਸਰਕਾਰ ਕਾਰਪੋਰੇਟਾਂ ਦੇ ਫੈਸਲੇ ਦੇ ਮੁਤਾਬਕ ਫੈਸਲਾ ਕਰਨ ਦੀ ਜ਼ਰੂਰਤ ਨਹੀਂ ਰਹੀ। ਤੁਸੀਂ ਸੰਗਰੂਰ ਲੰਬਾ ਧਰਨਾ ਲਾਇਆ, ਅਸੀਂ ਵੀ ਸੰਗਰੂਰ ਕਵਰੇਜ ਕੀਤੀ ਹੈ, ਜਿਹੜੀਆਂ ਮੰਗਾਂ ਤੁਸੀਂ ਕਹਿਣ ਲਈ ਸੀ ਵੀ ਇਹ ਮੰਨੀਆਂ ਜਾਣ, ਕੀ ਸਰਕਾਰ ਨੇ ਮੰਨ ਲਈਆਂ? ਜਿੰਨੀਆਂ ਹੁਣ ਤੱਕ ਸੰਸਥਾਵਾਂ ਜਿਹੜੀਆਂ ਵੀ ਉਹਦੇ ਨਾਲ ਗੱਲ ਕਰਨ ਗਈਆਂ ਨੇ, ਜਿੰਨੇ ਵੀ ਟੀਮਾਂ ਗੱਲ ਕਰੀ, ਭਾਵੇਂ ਮਜ਼ਦੂਰਾਂ ਦੀ, ਭਾਵੇਂ ਵਿਦਿਆਰਥੀਆਂ ਦੀ, ਭਾਵੇਂ ਬੇਰੁਜ਼ਗਾਰ, ਜਵਾਬ ਤਾਂ ਕਿਸੇ ਨੂੰ ਮਾਂ ਦੇ ਪੁੱਤ ਨੇ ਦਿੱਤੇ ਹੀ ਨਹੀਂ ਅਤੇ ਕੀਤਾ ਹੈ ਨਹੀਂ ਕਿਸੇ ਨੇ। ਇੱਕ ਨਾ ਭਾਰਤ ਜੋੜੋ ਜਿਹੜੀ ਯਾਤਰਾ ਰਾਹੁਲ ਗਾਂਧੀ ਨੇ ਸ਼ੁਰੂ ਕੀਤੀ ਹੈ, ਕੱਲ੍ਹ ਬਾਪੂ ਹਰਜੀਤ ਸਿੰਘ ਡਿਬਡਬਾ ਨੇ ਉਹਨਾਂ ਦਾ ਸਮਰਥਨ ਕੀਤਾ, ਉਹਨਾਂ ਨੇ ਇਹ ਵੀ ਗੱਲ ਕਹੀ ਹੈ, ਕਹਿੰਦੇ ਜੀ ਕਿਸਾਨੀ ਅੰਦੋਲਨ ਦੇ ਵਿੱਚ ਰਾਹੁਲ ਗਾਂਧੀ ਨੇ ਸਾਡੀ ਬਹੁਤ ਮਦਦ ਕੀਤੀ ਹੈ ਅਤੇ ਹੋਰ ਕਿਸਾਨ ਜਥੇਬੰਦੀਆਂ ਨੂੰ ਜਿਵੇਂ ਇਹਨਾਂ ਦੀ ਮਦਦ ਕਰਨੀ ਚਾਹੀਦੀ। ਉਹਦੇ ਮੁੰਡੇ ਨੇ ਆ ਕੇ ਕਿਹਾ ਵੀ ਮੇਰਾ ਜਿਹੜਾ ਬਾਪੂ ਹੈ ਉਹ ਮੇਰੇ ਮੁੰਡੇ 'ਤੇ ਆਪਦੀ ਸਿਆਸਤ ਲੱਗਦਾ ਕਿ ਕਿਸਾਨੀ ਅੰਦੋਲਨ ਦੇ ਵਿੱਚ ਰਾਹੁਲ ਗਾਂਧੀ ਨੇ ਮਦਦ ਕੀਤੀ ਹੈ ਅੰਦੋਲਨ? ਇਹ ਤੁਸੀਂ ਅੰਦੋਲਨ ਦੇ ਵਿੱਚ ਰਹੋ, ਪੋਲੀਟੀਕਲ ਪਾਰਟੀ ਨੂੰ ਅਸੀਂ ਕਿਸੇ ਨੇ ਨਹੀਂ ਲੱਗਣ ਦਿੱਤਾ ਅਤੇ ਰਾਹੁਲ ਨੇ ਸਾਡੀ ਕਾਹਦੀ ਮਦਦ ਕੀਤੀ ਹੈ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਲੋਕ ਰਾਏ ਟੀ ਵੀ ਦੇਖ ਰਹੇ ਹੋ ਅਤੇ ਮੈਂ ਹਾਂ ਪਰਮਿੰਦਰ ਸਿੰਘ। ਪੰਜਾਬ ਦੇ ਵਿੱਚ ਨਵੀਂ ਸਰਕਾਰ ਬਣਦੀ ਹੈ ਆਮ ਆਦਮੀ ਪਾਰਟੀ ਦੀ, ਤਾਂ ਇਹ ਕਿਹਾ ਜਾਂਦਾ ਸਰਕਾਰ ਬਣਨ ਤੋਂ ਪਹਿਲਾਂ ਕਿ ਪੰਜਾਬ ਦੇ ਵਿੱਚ ਕਦੇ ਕੋਈ ਧਰਨਾ ਨਹੀਂ ਲੱਗੂਗਾ। ਜੇ ਧਰਨੇ ਦੀ ਗੱਲ ਆਊ ਤਾਂ ਸਰਕਾਰ ਕਹਿੰਦੀ ਸੀ ਅਸੀਂ ਖੁਦ ਆਪਣੇ ਕੋਲ ਬੁਲਾ ਕੇ ਉਹ ਅਸੀਂ ਜਿਹੜੇ ਮਸਲੇ ਨੇ ਉਹ ਹੱਲ ਕਰਾਂਗੇ, ਪਰ ਅਫਸੋਸ ਪੰਜਾਬ ਦੇ ਵਿੱਚ ਉਵੇਂ ਧਰਨੇ ਲੱਗੇ ਜਾ ਰਹੇ ਨੇ ਜਿਸ ਤਰੀਕੇ ਨਾਲ ਪਹਿਲਾਂ ਸਰਕਾਰਾਂ ਦੇ ਵਿੱਚ ਚੱਲਦੇ ਸੀ। ਜੀਰੇ ਨੂੰ ਲੈ ਗੱਲ ਕਰੀਏ, ਪਿਛਲੇ 5 ਮਹੀਨਿਆਂ ਤੋਂ ਜੀਰਾ ਫੈਕਟਰੀ ਅੱਗੇ ਕਿਸਾਨ ਧਰਨਾ ਲਾ ਕੇ ਬੈਠੇ ਨੇ ਕਿ ਫੈਕਟਰੀ ਬੰਦ ਹੋਣੀ ਚਾਹੀਦੀ ਹੈ। ਇਸ ਵਿਸ਼ੇ 'ਤੇ ਗੱਲਬਾਤ ਕਰ ਲਈ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਅਗਰਾਹਾਂ ਦੇ ਸੂਬਾ ਪ੍ਰਧਾਨ ਬਾਪੂ ਜੋਗਿੰਦਰ ਸਿੰਘ ਅਗਰਾਹਾਂ ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ। ਬਾਪੂ ਜੀ ਸਤਿ ਸ਼੍ਰੀ ਅਕਾਲ। ਠੀਕ ਹੋ? ਠੀਕ ਹੋ, ਠੀਕ। ਤੰਦਰੁਸਤ ਹੋ? ਬਿਲਕੁਲ। ਸਿਹਤ ਠੀਕ ਹੈ? ਬਿਲਕੁਲ ਠੀਕ। ਠੰਡ ਤਾਂ ਨਹੀਂ ਲੱਗਦੀ?
ठंड लगती है कर लें बंदोबस्त हो जा। अच्छा चलो बापू जी की लगता पंजाब दे विच नवीं सरकार बनी सी आम आदमी पार्टी की, तो पंजाब दे मुख्यमंत्री भगवंत सिंह मान ने कहा कि कदे पंजाब दे विच असीं धरने नहीं लगन देवांगे। देखो ये तो जो वोटां लैणियां हुंदियां ने उदों सरकारां कुछ होर गल ते हुंदियां ने, जो वोटां लै के आपदी सत्ता ते हासिल कब जिम्मेवारी आ जाती है उदों कुछ होर तरीका हुंदा, उहनां दा तौर तरीका हुंदा। सानू इस गल का पता सी भी जो ये बोलते ने नहीं इन्हां तों होणी, क्योंकि सानू पता इन्हां दे बसों बाहरियां गल्लां जिहड़ियां लोकां तों वोटां मुछण की खातर ये वादे करते हैं, कोई भी सरकार वादे वो इस तरह के करते हैं जिहड़े उन्होंने नहीं लागू करने कर सकने होंगे, उन्होंने संभव नहीं होंगे, कोई ऐसी उम्मीद नहीं होंगी। पहला ये जो लोगों के विच आर्थिक तंगी तोड़े पे है, बेरोजगारी है, नशा का दौर चलता है, तो धक्का हो रहा किरती लोगों उन्होंने दिया पूरिया लोड़ा हो एकदम पूरिया लोड़ा कर दूगा कि मुड़ के धरना नाम लगन ना कोई दे, किसी तरह भी संभव नहीं हो सकता, कोई भी नहीं, चाहे तुसी भी मुख्यमंत्री हो चाहे मैं मुख्यमंत्री होव जां किसी की भी सरकार हो, पीरियड मंगती है, समा मंगती है, आइडियोलॉजी मंगती है, इकोनमी प्रबंध मंगती है, वो सारिया गल्लां उहदे नाल जुड़मियां होंदियां ने भी ये कित्थों कर दूगी ये लोगों दीआं लोड़ां पूरियां, कित्थों ये बेरोजगारी दूर कर दू, कित्थों आर्थिक तंगी तोड़ियां नूं पूरा करूँ, किवें इन्ने बेरोजगार हत्थां नूं कम देऊ, ये उहदे चों हुंदा है भी हाँ सरकार की कोई संतुष्टी है, कोई बेसिकली पॉलिसी होवे उन्हां कोले, इहो जिही कोई जादू दी छड़ी नहीं जिहड़ा कोई भी आउण सारे कहे भी मैं इत्थे धरने नहीं लगण दिंदा। जां तां दो तरीके ने, एक तां इह सैंस हुंदी है भी धरने मैं लगण दिंदा, मैं तकड़ाई सख्ताई ये नहीं कर दूंगा कि मैं धरने लाउण वालिआं नूं अंदर बंद कर दूंगा, धरने लाने वाले तो इन्नी सख्ती कर दूंगा कि मैं धरने लगने नहीं देने, एक ये होंगी है भी लोड़ पैनी ही नहीं धरने लाने की, मैं इन उन्होंने लोड़ा पूरी कर दूँ, ये दोनों गल्ला हुण दी हालत सरकार कर रही है, किसी सरकार को दोनों गल्ला संभव मौजूदा सरकार कर रही है ना, सूबा सरकार तो लोगों दी लोड़ा पूरी होंदिया ने ना, लोग सूबा सरकार के कोई इन्ना यह जहाँ प्रबंध है जी लोगों के धरने लगनों हटा दू जी। की लगता कि जीरे धरना पिछले पांच महीनों तो चल रहा है, सरकार बन तो पहले यह भी गल कही जाती सी जिहड़े कितें फैक्ट्रियां गंदा पानी थले सिड़दियां ने जां उन्हां नाल साडे किसानां दीआं जमीनां खराब हुंदियां ने, साडा पानी खराब हुंदा है, असीं वो फैक्ट्रियां बंद कर देंगे, पिछले पांच महीनों तो धरना किसान लाई बैठे, हजे तक उन्हां दी कोई पुछ पड़ताल नहीं कर रहे। देखो जो कुछ भी हुंदा है कदे भी सरकार की मिली भुगत तो बगैर कुछ नहीं हुंदा, कि इन्हां नूं इस गल का पता नहीं, किड्डी चर्चा हो रही है, दुनिया च चर्चा चली जाती है, पार्लीमेंट के चर्चा होंदी है कि दरियावां का पानी गंदा किने करता, नहरों का पानी गंदा किने करता, ये दरियावां दे विच पानी जे गंदा पानी धरती हेठला पानी खत्म तो वह कह दिंदे ने भी किसानां ने करता, धरती का पानी जिहड़ा हेठला वह भी जहरीला किसानां ने करता, दो साडे ते मरदे ने भी ये खादा पाउण लग गए, कीड़े मर दवाइया पाउण लग गए, क्योंकि नीवे थां नूं पानी आउंदा, इन्हां दा कोई वारस नहीं, इन्हां नाल धक्के धोड़े हो जांदे ने, इन्हां ते बिना दोष कीत्या दोष मढ़े जांदे ने, पर असल विच की इन्हां नूं पता नहीं भी जिहड़ी इंडस्ट्री इन्नी लगी है लुधियाणे दे विच है, गोबिंदगढ़ दे विच है, जलंधर दे विच है, होर शहरां च फैक्ट्रियां लगियां होईयां ने, इंडस्ट्रियां लगियां होईयां ने, वो इंडस्ट्रियां दा जिहड़ा प्रदूषित कीता पानी है वह जांदा किधर है, कदे पुछण दा सवाल ही नहीं उठिया कि की ट्रीटमेंट प्लांट लगे हुए ने इन्हां दे, कि जिहड़े प्रदूषण बोर्ड के रूल रेगुलेशन ने इंडस्ट्री उन्हां दा पालन कर रही ने, एक सरकार ने कदे गौर की नहीं, कदे पुछे नहीं किसी नूं, उदों जदों ऐन नक दी चूके मूँह च आ गई, जदों सारा पानी हुण प्रदूषित हो गया, फिर यह सवाल उठे ने, मुख्यमंत्री मानता यह गल भी उन्होंने प्रदूषण पानी इन्नी सतह डूंगी सतह ते डिग गया जिते पहला किसान गए नहीं सी, अजे पहुँचे नहीं सी, उतला पानी ले लेंदे, उन्होंने जाके 1000 फुट ते 600-700 फुट ते डूंगा पानी सिड़ता, वो सतह जिहड़ी है वो जहरीली हो गई, किसान उतला पानी वरतदे रहे, ना पैदावार ते फर्क कोई पिया, ना पीण वाले पानी ते कोई फर्क पिया, हुण जिहड़ी सतह पानी दी डूंगी जा चली गई, जो हुण बोर भी डूंगे चले गए, जदों वो सतह ते वग गए जिते प्रदूषण पानी सुट्टिया सी उदों मसला उठ खड़िया। हुण सरकारां ये कहिंदियां ने जी पानी साफ है, क्योंकि कारपोरेट दे कदे भी कार कदे जे कोई खपतकार कोर्टां च जांदा है, कोर्टां दे विच कदे भी खपतकार दे पक्ष दा फैसला कदे नहीं हुंदा,
क्योंकि कोर्टा ने एविडेंस के आधार पर फैसला करना, एविडेंस इन्हों के हाथ चुनते हैं। एविडेंस की है? प्रदूषण कंट्रोल बोर्ड की रिपोर्ट, लैबोरेटरी की रिपोर्ट, यही एविडेंस ने भी पानी साफ है जी। प्रदूषण कंट्रोल बोर्ड की रिपोर्ट तो लैबोरेटरी की रिपोर्ट जी इन्हों ने आधार इन्हों के हाथ च ने कारपोरेट के, उन्होंने जो मर्जी लिखे होना, यही रौल है जोड़ा जीरे फैक्ट्री का। फीड के पानी माड़ा है, जोड़े लोग पीना वरत रहे हैं उन्होंने कोई लैबोरेटरी नहीं होंगे, यही लैबोरेटरी भी असं पानी पीने जो फसलों ने जो जमीन दसन गिया भी पानी माड़ा। वो कहते लैब टैस्ट करवाया, पिछले दिन बयान भी आता, रिपोर्ट भी आती, लैब टैस्ट करवाया, कहते जी पानी सही है, जानबूझ के किसान धक्के धरना ला रहे हैं, फैक्ट्री बंद। मैं इस गल का जिक्र करना भी लैब टैस्ट है कि एक अदारा है ना, वो अदारे तो कारपोरेट का कब्जा है, जो मर्जी लिखा लो उन्हों जी, जो मर्जी लिखा लो। असं कहने भी वह पानी पी के साडा तो लैब एक मनुख है, मनुख पानी पी के दिखावे, कोई वरत के दिखावे, जा साडा पैमाना तो जमीन है, साडा पैमाना तो फसल है, साडा पैमाना तो जिंद जान है, जेडे उत्थे लोग वरतते ने पानी, देखण दे विच भी पानी इन्ना जहरीला है। विज्ञानी तो यह कहते हैं भी जेडे ये पानी ने जे देखण दे विच साफ भी होवे, कैमिकल तो फिर भी होंदे ने। इस करके जी मिली भुगत है ना कारपोरेट दे जी राज मशीनरी के उत्ते दबा है, तो राज मशीनरी के जिहड़ियां संस्थावां ने उन्हां ते दबा है। भगवंत मान ने तो साढ़े सामने आप ही कही है गल ये कि प्रदूषण कंट्रोल बोर्ड तो जी कंट्रोल कट लो, मतलब प्रदूषण बोर्ड है जिहड़ा वह कारपोरेटा के दबा हेठ है, जिन्नियां भी लैबोरेटरियां दे विच टैस्ट होंदे ने कारपोरेट की मर्जी मुताबक होंदे। की लगता कि जीरा फैक्टरी बंद हो जूगी? देखो फैक्टरी लोगों की मंग है बंद करन दी, तां इह तां सरकार ने सोचना भी असीं चलाउणा कि बंद करने, तुसीं किधर होवोंगे? असीं तां कहिंदे भी बंद, साडी तां असीं तां अंदोलन कर रहे हां भी इहनूं बंद करो इस फैक्टरी नूं। इहदे विच तां होर भी चर्चावां किन्नियां, तुसीं सोडे भी सामने, तुसीं मीडिया नाल जुड़े हुए हो, किन्नियां चर्चावां आ रहियां ने भी उहदे विच तां होर भी जहरीले पदार्थ जिहड़े ने बणदे ने, जिहड़े मनुख दा मनुखी जीवन वास्ते खतरनाक ने, उहदे विच तां बहुत सारियां इं शिकायत हो जा रही ने। इतों तक भी चिट्टे जुड़ी गल्ला भी आ रही ने, यह कैमिकल पैदा कर दिया। तुसी एदा खुल के विरोध कर रहे हो? असी खुल के नहीं, डट के। एक खुल के विरोध करना होंगे वह तो फीड वह तो बयान तक सीमित होंगे। असी जिहड़ा भगवंत मान की कोठी अगे धरना लाया 9 अक्टूबर तो लैके असी 29 अक्टूबर तक, उहदे विच साडी मंग पाई हुई सी भी जीरे फैक्टरी का मसला हल करो। वैसे तो साडा प्रदूषण के संबंध के घोल ही चक्या होया, असी मई के महीने के 5 दिनों के मोर्चे ला के हटे हाँ पानी के संबंध च, पानी प्रदूषित हो रहा है, पानी धरती हेठला खत्म हो रहा है, पानी नू धरती नू रीचार्ज करो, पानी ते संसार बैंक कंट्रोल कर रहा है, ये कंट्रोल के बाहर आओ। जिहड़े तुसीं पानी सप्लाई दी योजनावां दौदर दे विच जिवें ला रखी है, ये पानी सप्लाई का कंट्रैक्ट है जिहड़े कारपोरेट हत्थां च देना चाहुंदे हो। अगर हाँ जी, एक की लगता कि पिछले दिन अमन अरोड़ा मंत्री ने तुहाडे एरिया दे ने, उह कहिंदे जिहड़े किसान धरना ला रहे ने जानबूझ के गलत धरना ला रहे ने। देखो बिना एविडेंस तो, बिना जाण पछाण तो, बिना पड़ताल कीते तो यह दसो पहलां भी 5 महीने बरसात गर्मियां ते हुण ठंड आ गई जोर दी, वो इलाके के लोगों का दिमाग खराब है भी वह धरने पर बैठे ने, कि वह फैक्ट्री ने उन्होंने निजी दुश्मनी है कोई, कि वह फैक्ट्री का मालिक एडा की है कि यह किरती लोग उसके खिलाफ बोलने लग जाना, किड्डी बड़ी ताकत है वह दीप मल्होत्रा, वो इन्हों का कांग्रेस वेले भी वो बोलबाला से, अकालिया वेले भी वह बोलबाला से, हूँ आप दे विच भी वह बोलबाला है, एडा सरमाएदार बंदा उसके खिलाफ किरती लोगों ने जोर तक किमें कर ली बोलण दी, जदों मजबूरी हो जाती है तो सारे लोग एकजुट होकर ता उठे ने ना, एडे तकड़ी शक्ति के खिलाफ उन्होंने की लोड़ सी, वो क्यों बैठते उत्थे सड़कां ते, उहदे नाल कोई निजी नहीं, उन्हां दे जीवन नाल जुड़ी हुई है पानी की गल, ये लोगों की आवाज़ है, लोग सारे इलाके के लोग किन्ने पिंड ने उत्थे 35-40 पिंडां दे विचों ये आवाज़ आ रही है, फिर इस नूं किवें अमन अरोड़ा पता नहीं किवें इग्नोर कर रहे हैं गल नूं। कांग्रेस प्रधान है अमरिंदर सिंह राजापड़ंग, वो भी यही गल कहिंदे ने, कहिंदे हाई कोर्ट का मसला है, जानबूझ के प्रदर्शनकारी कर रहे हैं, जे धरना भी लाउणा कहिंदे आसे पासे कर लैण। ठीक है,
ਤੁਸੀਂ ਕਰਦੇ ਹੁੰਦੇ ਹੋ ਆਸੇ ਪਾਸੇ, ਤੁਸੀਂ ਵੀ ਤਾਂ ਧਰਨੇ ਲਾਉਂਦੇ ਹੋ। ਤੁਸੀਂ ਜਦੋਂ ਤੁਹਾਡੇ ਉਹ ਮੰਤਰੀ ਦੇ ਉੱਤੇ ਕੇਸ ਪਿਆ, ਤੁਸੀਂ ਉਹਨੂੰ ਛਡਾਉਣ ਵਾਸਤੇ ਧਰਨੇ ਲਾਉਣ ਗਏ ਸੀ। ਇਹ ਤਾਂ ਪਾਣੀ ਪ੍ਰਦੂਸ਼ਣ ਇੱਕ ਮਨੁੱਖੀ ਜੀਵਨ ਦੀ ਗੱਲ ਹੈ। ਇਹ ਤਾਂ ਪਾਣੀ ਪ੍ਰਦੂਸ਼ਣ ਦਾ ਮਸਲਾ, ਇਕੱਲੀ ਜੀਰੇ ਫੈਕਟਰੀ ਦਾ ਮਸਲਾ, ਹੁਣ ਜੀਰੇ ਧਰਨਾ ਲੱਗ ਗਿਆ ਤਾਂ ਆਏ। ਵੈਸੇ ਤਾਂ ਇਹ ਪੰਜਾਬ ਦੇ ਲੋਕਾਂ ਦਾ ਮਸਲਾ ਹੈ। ਪਾਣੀ ਪ੍ਰਦੂਸ਼ਣ ਜੀਰਾ ਤਾਂ ਇੱਕ ਪੁਆਇੰਟ ਬਣ ਗਿਆ ਜਿੱਥੇ ਲੋਕਾਂ ਨੇ ਆਵਾਜ਼ ਚੱਕ ਲਈ। ਪਾਣੀ ਤਾਂ ਪ੍ਰਦੂਸ਼ਣ ਜਗ੍ਹਾ ਜਗ੍ਹਾ 'ਤੇ ਹੋ ਰਿਹਾ। ਆਲੂਆ ਰੱਖਾ ਇੱਥੇ ਸੰਗਰੂਰ ਦੇ ਵਿੱਚ ਇੱਕ ਬੋਰ ਲੱਗਿਆ, ਉਹ ਲਾਲ ਪਾਣੀ ਸੁੱਟਦਾ ਸਾਰਾ। ਅਤੇ ਜਿੱਥੇ ਜਾ ਕੇ ਤੁਸੀਂ ਬੁੱਢੇ ਨਾਲੇ 'ਚ ਦੇਖੋ, ਉਹ ਪਾਣੀ ਪ੍ਰਦੂਸ਼ਿਤ ਕਾਲਾ ਪਾਣੀ ਬੁੱਢੇ ਨਾਲੇ 'ਚ ਡਿੱਗ ਰਿਹਾ ਸਾਰੀ ਲੁਧਿਆਣੇ ਦੀ ਇੰਡਸਟਰੀ ਦਾ। ਤਾਂ ਇਹ ਮਸਲਾ ਸਾਰੇ ਪੰਜਾਬ ਦਾ। ਆਹ ਤੁਸੀਂ ਦੇਖ ਰਹੇ ਹੋ ਡੇਰਾ ਬਾਬਾ ਕਨੀ, ਇੱਕ ਬੱਕਰੀਆਂ ਵਾਲੇ ਦਾ, ਮਤਲਬ ਕਿੰਨੀਆਂ ਬੱਕਰੀਆਂ ਮਰ ਗਈਆਂ, ਇੱਕ ਆਪਣੇ ਗੁਜਰਾਂ ਦੀਆਂ ਮੱਝਾਂ ਮਰ ਗਈਆਂ, 65 ਮੱਝਾਂ, ਉਹ ਪਾਣੀ ਪੀ ਕੇ। ਊਂ ਤਾਂ ਇਹ ਪੰਜਾਬ ਦਾ ਮਸਲਾ। ਇਹ ਛੋਟੀ ਗੱਲ ਨਹੀਂ ਹੈ, ਇਹ ਨਾ ਛੋਟੀ ਲੜਾਈ ਹੈ, ਇਹ ਲੜਾਈ ਵੀ ਵੱਡੀ ਹੈ ਅਤੇ ਗੱਲ ਵੀ ਵੱਡੀ ਹੈ। ਇਹ ਤਾਂ ਜੀਰਾ ਫੈਕਟਰੀ ਇੱਕ ਕਿੰਤੂ ਹੋ ਗਿਆ, ਉੱਥੇ ਲੋਕਾਂ ਨੇ ਮੁੱਦਾ ਚੱਕ ਲਿਆ, ਉਹਨਾਂ ਨੇ ਇਸ਼ੂ ਚੱਕ ਲਿਆ। ਚੰਗਾ ਸੰਕੇਤ ਆ ਵੀ ਪੰਜਾਬ ਦੇ ਵਿੱਚ ਇਹ ਗੱਲ ਉੱਠੂਗੀ। ਇਸ ਕਰਕੇ ਇਹ ਸਾਰੇ ਪੰਜਾਬ ਦਾ ਮਸਲਾ ਹੈ। ਅਤੇ ਪਾਣੀ ਗੰਧਲੇ ਪਣ ਦਾ ਅਤੇ ਪਾਣੀ ਜ਼ਹਿਰੀਲੇ ਦਾ, ਪਾਣੀ ਵਿੱਚ ਕੈਮੀਕਲ ਦੇ ਸ਼ਾਮਿਲ ਹੋਣ ਦਾ, ਇਹ ਮਸਲਾ ਵੱਡਾ ਮਸਲਾ ਹੈ, ਇਹ ਵੱਡੀ ਲੜਾਈ ਹੈ। ਇਹ ਸਰਕਾਰ ਨੂੰ ਸੰਜੀਦਗੀ ਨਾਲ ਨਜਿੱਠਣੀ ਚਾਹੀਦੀ ਹੈ, ਲੋਕਾਂ ਦੀ ਮਰਜ਼ੀ ਨਾਲ ਫੈਸਲਾ। ਇਹਨਾਂ ਜੀ ਕੀ ਲੱਗਦਾ, ਜੇ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਾਂ, ਕਈ ਰਾਜਨੀਤਿਕ ਜਮਾਤਾਂ ਦੀ ਗੱਲ ਕਰਾਂ, ਉਹ ਖੁੱਲ੍ਹ ਕੇ ਇਸ ਵਿਸ਼ੇ 'ਤੇ ਕਿਉਂ ਨਹੀਂ ਬੋਲ ਰਹੀਆਂ ਕਿ ਭਾਈ ਪਾਣੀ ਪ੍ਰਦੂਸ਼ਣ ਹੋ ਰਿਹਾ, ਸਾਡਾ ਜਿਹੜਾ ਹੈਗਾ ਹਵਾ ਸਾਡੀ ਖਰਾਬ ਹੋ ਰਹੀ ਹੈ, ਇਹਨੂੰ ਬੰਦ ਕੀਤਾ ਜਾਣਾ ਚਾਹੀਦਾ ਜਾਂ ਕੋਈ ਮਸਲੇ ਦਾ ਹੱਲ ਹੋਣਾ ਚਾਹੀਦਾ? ਸਾਰਿਆਂ ਦੀ ਇੱਕੋ ਲੋੜ ਹੈ। ਇਹ ਕਾਰਪੋਰੇਟ ਦੇ ਤੋਂ ਇਹ ਪੈਸੇ ਲੈਂਦੇ ਆ ਵੋਟਾਂ ਵੇਲੇ, ਇਹ ਕਾਰਪੋਰੇਟ ਦੇ ਪੱਖ ਦੀਆਂ ਪੋਲਸੀਆਂ ਕਰਦੇ ਆ। ਕਾਰਪੋਰੇਟ ਅਸਲ 'ਚ ਇਹਨਾਂ ਨੂੰ ਚਲਾਉਣ ਵਾਲਾ ਕਾਰਪੋਰੇਟ ਹੈ। ਜਿੰਨੀਆਂ ਇਹ ਪੋਲੀਟੀਕਲ ਪਾਰਟੀਆਂ ਤੁਸੀਂ ਗਿਣਾਈਆਂ ਨੇ ਨਾ, ਜਿਹੜੀ ਹੁਣ ਮੋਦੀ ਹਕੂਮਤ ਵੀ ਹੈ, ਉਹ ਵੀ ਐਂ ਮਰਜ਼ੀ ਦੇ ਫੈਸਲੇ ਨਹੀਂ ਕਰਦੀ। ਉਹਦੇ 7 ਸਮੁੰਦਰੋਂ ਪਾਰ ਮਿਸ਼ਨ ਪਾਰ ਸੰਸਥਾ ਬੈਠੀ ਹੈ, ਕੌਮਾਂਤਰੀ ਮੁਦਰਾ ਕੋਸ਼ ਬੈਠੀ ਹੈ, ਅਤੇ ਸੰਸਾਰ ਬੈਂਕ ਬੈਠਾ। ਉਹ ਪੋਲਸੀਆਂ ਉੱਧਰੋਂ ਘੜਦੇ ਨੇ, ਉਹਦੀਆਂ ਨੀਤੀਆਂ ਉੱਧਰੋਂ ਆਉਂਦੀਆਂ ਨੇ, ਉਹ ਨੀਤੀਆਂ ਦੇ ਮੁਤਾਬਕ ਇਹ ਫੈਸਲੇ ਬਣਾਉਂਦੇ ਕਰਦੇ ਆ, ਅਤੇ ਉਹਦੇ ਮੁਤਾਬਕ ਇਹ ਕਾਨੂੰਨ ਬਣਾਉਂਦੇ ਆ। ਇਸ ਕਰਕੇ ਕਾਰਪੋਰੇਟ ਦਾ ਪੂਰੇ ਸੰਸਾਰ ਦੀ ਇਕੋਨਮੀ 'ਤੇ ਕਬਜ਼ਾ ਹੈ। ਪੂਰੀ ਇਕੋਨਮੀ ਨੂੰ, ਪੂਰੀ ਹਕੂਮਤ, ਕਿਹੜੇ ਮੁਲਕ ਦੇ ਵਿੱਚ ਕਿਹਦੀ ਹਕੂਮਤ ਹੋਵੇ, ਕਿਹੜਾ ਅਗਲੀ ਵਾਰੀ ਪ੍ਰਧਾਨ ਮੰਤਰੀ ਹੋਵੇ, ਕਿਹੜਾ ਕਿੱਥੇ ਮੁੱਖ ਮੰਤਰੀ ਹੋਵੇ, ਕਿਹੜੀ ਪਾਰਟੀ ਦਾ ਰਾਜ ਹੋਵੇ, ਇੱਥੋਂ ਤੱਕ ਵੀ ਉਹਨਾਂ ਦੀ ਦਖਲ ਅੰਦਾਜ਼ੀ ਹੈ। ਇਸ ਕਰਕੇ ਕਾਰਪੋਰੇਟ ਇਸ ਵੇਲੇ ਭਾਰਾ ਪਿਆ ਹੋਇਆ ਇਹਨਾਂ ਦੇ ਉੱਤੇ, ਸਾਡੇ ਦੇਸ਼ ਦੇ ਹਾਕਮਾਂ ਦੇ ਉੱਤੇ। ਇਹ ਸਾਰੇ ਹਾਕਮ ਬੋਲੀ, ਇਹਨਾਂ ਦੀ ਜਾਤ ਗੋਤ ਕੋਈ, ਇਹਨਾਂ ਦੇ ਰੰਗ ਤੁਹਾਨੂੰ ਲੱਗ ਸਕਦਾ ਵੀ ਕਾਂਗਰਸ ਇਹਨਾਂ ਦੀ ਵਿਰੋਧੀ ਹੈ? ਨਾ ਇਹਨਾਂ ਦੀ ਕਾਂਗਰਸ ਵਿਰੋਧੀ ਹੈ, ਨਾ ਇਹਨਾਂ ਦੇ ਅਕਾਲੀ ਵਿਰੋਧੀ ਨੇ। ਨੀਤੀਆਂ ਪੋਲਸੀਆਂ 'ਤੇ ਇਹ ਸਾਰੇ ਇੱਕੋ ਥਾਲੀ ਦੇ ਚੱਟੇ ਵੱਟੇ ਹੈ। ਕੀ ਲੱਗਦਾ ਕਿ ਹਾਈਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ ਆਪਣਾ ਪੱਖ ਰੱਖਿਆ? ਉਹ ਕਹਿੰਦੇ ਸੀ ਕਿੰਨੇ ਕਿਸਾਨਾਂ 'ਤੇ FIR ਰਜਿਸਟਰ ਕਰਤੇ, ਕਿੰਨੇ ਕਿਸਾਨ ਗ੍ਰਿਫਤਾਰ ਕਰ ਲਏ, ਕਹਿੰਦੇ ਸੀ ਕੰਮ ਕਰ ਰਹੇ ਹਾਂ, ਉਹ ਕਰ ਰਹੇ ਨੇ। ਕਿੰਨੇ ਕੁ ਗ੍ਰਿਫਤਾਰ ਕਰ ਲਏ, ਕਿੰਨੇ ਕੁ ਨੂੰ ਜੇਲ੍ਹਾਂ 'ਚ ਡੱਕਤਾ, ਕਿੰਨਿਆਂ ਕੁ ਨੂੰ ਡੱਕ ਦੇਣਗੇ? ਹਾਈਕੋਰਟ ਦੇ ਜੱਜ ਨੇ ਕੀ ਜਵਾਬ ਦਿੱਤਾ ਮੋੜ ਕੇ ਪਤਾ? ਜਦੋਂ ਉਹਨੇ ਫੈਕਟਰੀ ਮਾਲਕ ਨੇ ਕਿਹਾ ਜੀ ਤੁਸੀਂ ਸਾਡੀ ਫੈਕਟਰੀ ਚਲਾਓ, ਕਹਿੰਦਾ ਮੈਂ ਹੁਕਮ ਹੀ ਕਰ ਸਕਦਾ, ਬਾਕੀ ਕੰਮ ਤਾਂ ਸਰਕਾਰ ਨੇ ਕਰਨਾ ਹੁੰਦਾ। ਜੱਜ ਨੂੰ ਆਪਦੀ ਬੋਲੀ ਬਦਲਣੀ ਪੈ ਗਈ। ਜੱਜ ਪਹਿਲਾਂ ਬਹੁਤ ਸਖਤੀ ਨਾਲ ਬੋਲ ਰਿਹਾ ਸੀ, ਉਹਨੇ ਲੋਕਾਂ ਦੀਆਂ ਭਾਵਨਾਵਾਂ ਦੇ ਵਿੱਚ, ਜੱਜ ਕਿਹੜਾ ਹੁਣ ਉੱਤੋਂ ਉਤਰੇ ਨੇ, ਉਹ ਵੀ ਤਾਂ ਇੱਕ ਮਨੁੱਖ ਹੀ ਹੈ ਨਾ, ਉਹਦੇ ਕੋਲ ਵੀ ਤਾਂ ਰਿਪੋਰਟ ਆਉਂਦੀ ਹੋਣੀ। ਇੱਥੇ ਹੁਣ ਤੁਹਾਡੇ ਜੇ ਤੁਸੀਂ ਪਿਛਲਾ ਇਤਿਹਾਸ ਪੜ੍ਹਨਾ ਹੋਵੇ, 1945 ਦੇ ਵਿੱਚ ਹਿੰਦੁਸਤਾਨ ਦੀ ਹਾਲਤ ਕੀ ਸੀ ਪਤਾ? ਕਰਫਿਊ ਲੱਗੇ ਹੋਏ ਸੀ। ਜਿਹੜਾ ਇਹ ਕਰਫਿਊ ਦਾ ਮਤਲਬ ਇਹ ਨਹੀਂ ਸੀ ਵੀ ਫੜ ਕੇ ਅੰਦਰ ਕਰ ਦਿਓ, ਜਿਹੜਾ ਬਾਹਰ ਨਿਕਲੇ ਗੋਲੀ ਮਾਰ ਦਿਓ। ਲਾਸ਼ਾਂ ਦੇ ਢੇਰ ਲੱਗ ਗਏ ਸੀ 1945 'ਚ, ਬੰਬੇ ਵਰਗੇ, ਕਲਕੱਤੇ ਵਰਗੇ ਸ਼ਹਿਰਾਂ 'ਤੇ, ਬੰਬੇ ਵਰਗੇ ਸ਼ਹਿਰਾਂ 'ਤੇ, ਮਦਰਾਸ ਵਰਗੇ ਸ਼ਹਿਰਾਂ 'ਚ ਲਾਸ਼ਾਂ ਦੇ ਢੇਰ ਲੱਗ ਗਏ ਸੀ। ਲੋਕ ਫਿਰ ਨਹੀਂ ਸੀ ਮੁੱਕੇ, ਬੰਦੂਕਾਂ ਦੇ ਰੌਂਦ ਮੁੱਕ ਗਏ ਸੀ। ਜਦੋਂ ਸਥਿਤੀ ਇਹੋ ਜਿਹੀ ਹੁੰਦੀ ਹੈ, ਉਦੋਂ ਅਦਾਲਤਾਂ ਨੂੰ, ਕੋਰਟਾਂ ਨੂੰ, ਸਾਰਿਆਂ ਨੂੰ ਫੈਸਲੇ ਬਦਲਣੇ ਪੈਂਦੇ ਆ, ਹਾਕਮਾਂ ਨੂੰ ਵੀ ਫੈਸਲੇ ਬਦਲਣੇ ਪੈਂਦੇ ਆ, ਅਤੇ ਇਹ ਵੀ ਫੈਸਲਾ ਬਦਲੂਗਾ। ਕੀ ਲੱਗਦਾ ਕਿ ਜਿਹੜੀਆਂ ਇਕਾਈਆਂ ਬਣੀਆਂ ਹੋਣੀਆਂ, ਮੈਂ ਕਿਸਾਨ ਇਕਾਈਆਂ ਦੀ ਗੱਲ ਕਰਦਾ, ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹੁਣ ਪੰਜਾਬ ਦੀ ਗੱਲ ਹੋਣੀ ਹੁੰਦੀ ਹੈ, ਤਾਂ ਇੱਕ ਹੋ ਜਾਣਾ ਚਾਹੀਦਾ ਬੇਸ਼ੱਕ ਤੁਸੀਂ ਹੋ, ਤੁਹਾਡੀ ਕਿੰਨੀਆਂ ਜਥੇਬੰਦੀਆਂ ਨੇ? ਦੇਖੋ ਲੋੜ ਮੁਤਾਬਕ ਸਾਰੇ ਲੋਕ ਇਕੱਠੇ ਹੁੰਦੇ ਨੇ ਤਾਂ ਚੰਗੀ ਗੱਲ ਹੈ, ਜੇ ਪੰਜਾਬ ਦੀ ਸਥਿਤੀ ਤਾਂ ਬਹੁਤ ਚੰਗੀ ਹੈ। ਅੱਡ ਅੱਡ ਡੋਲਜੀਆਂ ਦੇ ਲੋਕ ਜਦੋਂ ਕਿਤੇ ਲੋੜ ਪੈਂਦੀ ਹੈ ਪਾਣੀ ਵਾਲੇ ਮਸਲੇ 'ਤੇ, ਮੈਨੂੰ ਲੱਗਦਾ ਨਹੀਂ ਵੀ ਕੋਈ ਡੋਲਜੀ ਦੀ ਜਥੇਬੰਦੀ ਇਹ ਤੋਂ ਬਾਹਰ ਹੋਊਗੀ, ਸਾਰੇ ਦੀ ਸਪੋਰਟ ਕਰਦੇ ਨੇ। ਕੱਲ੍ਹ ਹੀ ਅਸੀਂ ਸੰਯੁਕਤ ਮੋਰਚੇ ਆਲ ਇੰਡੀਆ ਦੀ ਮੀਟਿੰਗ ਕਰਕੇ ਹਟਿਆ ਕਰਨਾਲ ਦੇ ਵਿੱਚ, ਉੱਥੇ ਮਤਾ ਪਾਇਆ ਸਾਰਿਆਂ ਨੇ, ਸਾਰੀਆਂ ਜਥੇਬੰਦੀਆਂ ਹਿੰਦੁਸਤਾਨ ਦੀ ਲਗਭਗ 400 ਜਥੇਬੰਦੀਆਂ 'ਤੇ ਇਕੱਠੀਆਂ ਸੀ, ਉਹਨਾਂ ਨੇ ਮਤਾ ਪਾਇਆ। ਇਸ ਕਰਕੇ ਅਡੋਲਜੀ ਅੱਡ ਹੋਣਾ, ਇਸ਼ੂਆਂ ਦੇ ਉੱਤੇ ਇਕੱਠੇ ਹੋਣਾ,
ਇਹ ਤਾਂ ਚੰਗੀ ਗੱਲ ਹੈ ਜੀ। ਸਭ ਕੀ ਲੱਗਦਾ ਕਿ ਹੁਣ ਤੁਸੀਂ ਜੀਰੇ ਧਰਨ ਨੂੰ ਲੈ ਕੇ ਸਾਰੀਆਂ ਜਥੇਬੰਦੀਆਂ ਨੂੰ ਜੀ ਇਕੱਠਾ ਹੋਣਾ ਪਏ ਹੋਊਗੀਆਂ? ਕੋਈ ਬਾਹਰ ਰਹਿ ਨਹੀਂ ਸਕਦਾ, ਮਸਲਾ ਇਹੋ ਜਿਹਾ ਹੈ ਕਿਉਂਕਿ ਪਾਣੀ ਦਾ ਮਸਲਾ ਬਹੁਤ ਗੰਭੀਰ ਮਸਲਾ ਹੈ। ਜੀਵਨ ਹੈ ਜਿਹੜਾ ਪਾਣੀ ਤੋਂ ਬਗੈਰ ਚੱਲਦਾ ਨਹੀਂ, ਫਸਲਾਂ ਪਾਣੀ ਤੋਂ ਬਗੈਰ ਹੁੰਦੀਆਂ। ਜੇ ਗੰਭੀਰ ਮਸਲਾ ਤੁਹਾਡੇ ਅਨੁਸਾਰ ਅਗਰਹਾਲ ਜੀ, ਕੀ ਸਰਕਾਰ ਨੂੰ ਗੰਭੀਰ ਮਸਲਾ ਲੱਗਦਾ ਨਹੀਂ? ਸਰਕਾਰ ਕਿਉਂ ਚੁੱਪ ਹੈ? ਨਹੀਂ, ਸਰਕਾਰ ਦੀ ਕਿੱਥੇ ਮਜਬੂਰੀ ਹੈ, ਕੀ ਮਜਬੂਰੀ ਹੈ ਸਰਕਾਰ ਜਾਣਦੀ ਹੋਣੀ, ਤਾਂ ਸਵਾਲ ਤੁਸੀਂ ਸਰਕਾਰ ਨੂੰ ਪੁੱਛੋ। ਪਰ ਲੋਕਾਂ ਨੂੰ ਸਰਕਾਰ ਦੇ ਮੁਤਾਬਕ ਹੀ ਚੱਲਣਾ ਪੈਣਾ। ਤੁਸੀਂ ਕਿਹਾ ਸੀ ਵੀ ਜਦੋਂ ਅਸੀਂ ਸੰਗਰੂਰ ਧਰਨਾ ਲਾਇਆ ਉਦੋਂ ਜੀਰੇ ਦੀ ਮੰਗ ਰੱਖੀ ਸੀ, ਉਦੋਂ ਇਸ ਵਿਸ਼ੇ 'ਤੇ ਗੱਲਬਾਤ ਹੋਈ ਨਹੀਂ? ਤੁਹਾਡੇ ਇੱਥੇ ਰੱਖੀ ਹੈ, ਉਹਨਾਂ ਨੇ ਸਾਡੇ ਕੋਲ ਪ੍ਰਵਾਨ ਕੀਤੀ ਹੈ ਵੀ ਅਸੀਂ ਲੋਕਾਂ ਦੀ ਮਰਜ਼ੀ ਖਿਲਾਫ਼ ਫੈਸਲਾ ਨਹੀਂ ਕਰਦੇ, ਲੋਕਾਂ ਦੀ ਮਰਜ਼ੀ ਮੁਤਾਬਕ ਫੈਸਲਾ ਹੋਊ, ਲੋਕਾਂ ਦੀ ਸਹਿਮਤੀ ਹੋ ਕੇ ਫੈਸਲਾ ਹੋਊਗਾ। ਲੋਕ ਕਿੱਥੇ ਸਥਾਨਕ ਲੋਕ ਕਿੱਥੇ ਸਹਿਮਤ ਹੁੰਦੇ ਨੇ, ਉਹਨਾਂ ਦੇ ਮੁਤਾਬਕ ਫੈਸਲਾ ਕਰਨਾ ਸਰਕਾਰ ਨੇ ਸਾਡੇ ਕੋਲ ਮੰਨਿਆ। ਪਰ ਹੁਣ ਜਦੋਂ ਕੋਰਟ 'ਚ ਅਗਲਾ ਚਲਾ ਗਿਆ, ਉਹਨਾਂ ਨੇ ਕੋਰਟ ਦੇ ਵਿੱਚ ਕੋਰਟ ਦੇ ਹੁਕਮਾਂ ਮੁਤਾਬਕ ਸਰਕਾਰ ਨੇ ਕੀ ਫੈਸਲਾ ਕੀਤਾ, ਸਰਕਾਰ ਕਿਉਂ ਨਹੀਂ ਗਈ ਕੋਰਟ 'ਚ ਵੀ ਲੋਕਾਂ ਦੀ ਮੰਗ ਠੀਕ ਹੈ? ਹੁਣ ਵੀ ਤਾਂ ਉਹਨਾਂ ਨੂੰ ਜਾਣਾ ਹੀ ਪੈਣਾ, ਉਹਨਾਂ ਦਾ ਐਡਵੋਕੇਟ ਜਨਰਲ ਜਾ ਕੇ ਬੋਲਿਆ ਹੀ ਹੈ ਨਾ ਉੱਥੇ। ਹੁਣ ਵੀ ਉਹਨੇ ਜਾ ਕੇ ਵੈਸੇ ਦਿੱਤਾ ਵੀ ਅਸੀਂ ਆਹ ਕਰਤਾ ਜੀ, ਆਹ ਕਰਤਾ ਜੀ, ਦਿਖਾਉਣ ਦੀ ਕੋਸ਼ਿਸ਼ ਕੀਤੀ ਵੀ ਅਸੀਂ ਸਖਤੀ ਤਾਂ ਜੀ ਬਹੁਤ ਕੀਤੀ, ਪਰ ਇੱਧਰਲਾ ਪੱਖ ਨਹੀਂ ਨਾ ਪੂਰਿਆ ਵੀ ਹੁਣ ਕੰਟਰੋਲ ਬੋਰਡ ਨੇ ਇਹ ਪੜਤਾਲ ਕਰਨ ਦੀ ਕੋਸ਼ਿਸ਼ ਨਹੀਂ ਵੀ ਕਲੀਅਰ ਪਰਚੀ ਤੁਸੀਂ ਕਿਵੇਂ ਦੇਤੀ ਉਹਨਾਂ ਨੂੰ ਜਦੋਂ ਪਾਣੀ ਇੰਨਾ ਗੰਦਾ ਹੈ। ਲੋਕ ਜਿਹੜੇ ਪਾਣੀ ਵਰਤਣ ਵਾਲੇ ਨੇ ਉਹ ਕਹਿ ਰਹੇ ਪਾਣੀ ਗੰਦਾ। ਜੇ ਕੋਈ ਪਸ਼ੂ ਤੁਹਾਡੇ ਪੱਠੇ ਨਹੀਂ ਖਾਂਦਾ, ਤੁਸੀਂ ਮਾਲਕ ਹੋ ਪਸ਼ੂ ਦੇ, ਤੁਸੀਂ ਐਂ ਦੱਸੋ ਦੇਖੋਗੇ ਕਿ ਇਹਨੂੰ ਬਿਮਾਰੀ ਦੇਖੀ ਵੀ ਕੀ ਹੈ, ਡਾਕਟਰ ਨੂੰ ਦਿਖਾਈਏ ਜਾਂ ਉਹਨੂੰ ਡਾਂਗ ਨਾਲ ਕੁੱਟਣ ਲੱਗੋਗੇ? ਤੁਸੀਂ ਉਸ ਪਸ਼ੂ ਦੇ ਮਾਲਕ ਹੋ, ਪਸ਼ੂ ਪੱਠੇ ਨਹੀਂ ਖਾਂਦਾ, ਤੁਸੀਂ ਉਹਦੀ ਬਿਮਾਰੀ ਦਾ ਇਲਾਜ ਕਰੋ ਨਾ। ਬਿਲਕੁਲ, ਫਿਰ ਇਹ ਟ੍ਰੀਟਮੈਂਟ ਹੈ। ਇਹ ਨਹੀਂ ਵੀ ਤੁਸੀਂ ਡਾਂਗਾਂ ਨਾਲ ਕੁੱਟ ਕੇ ਤੁਸੀਂ ਕਹੋ ਵੀ ਪੱਠੇ ਖਾਓ, ਇਹ ਡਾਂਗਾਂ ਨਾਲ ਕੁੱਟ ਕੇ ਮਸਲੇ ਦਾ ਹੱਲ ਕੱਢਣਾ ਚਾਹੁੰਦੇ ਨੇ, ਇਸ ਤਰ੍ਹਾਂ ਕਿਵੇਂ ਹੋਊਗਾ? ਜਿਸ ਤਰੀਕੇ ਦੇ ਨਾਲ ਭਗਵੰਤ ਸਿੰਘ ਮਾਨ ਕਹਿੰਦੇ ਸੀ ਮੈਂ ਪੰਜਾਬ ਪੱਖੀ ਹਾਂ, ਕੀ ਲੱਗਦਾ ਪੰਜਾਬ ਪੱਖੀ ਫੈਸਲੇ ਆ ਰਹੇ ਨੇ? ਦੇਖੋ, ਭਗਵੰਤ ਮਾਨ ਦੀ ਜਗ੍ਹਾ ਤੁਸੀਂ ਕਿਸੇ ਨੂੰ ਆਪਾਂ ਨੋਮੀਨੇਟ ਨਾ ਕਰੀਏ, ਆਪਾਂ ਇਸ ਤੋਂ ਪਹਿਲਾਂ ਕਿਹੜਾ ਕਿੰਨੇ ਮੁੱਖ ਮੰਤਰੀ ਆਏ ਨੇ, ਉਹ ਕਹਿੰਦੇ ਰਹੇ ਨੇ ਵੀ ਮੈਂ ਪੰਜਾਬ ਪੱਖੀ ਹਾਂ। ਕੋਈ ਫੈਸਲਾ ਇੱਕ ਦਿਖਾ ਦਿਓ ਇਹਨਾਂ ਦਾ ਪੰਜਾਬ ਪੱਖੀ, ਕਦੇ ਵੀ ਫੈਸਲਾ। ਫੈਸਲੇ ਉਹ ਹੁੰਦੇ ਨੇ ਜਿਹੜੇ ਸੱਤ ਸਮੁੰਦਰੋਂ ਪਾਰ ਬੈਠੇ ਲੋਕ ਨੇ, ਉਹਨਾਂ ਦੇ ਫੈਸਲੇ ਹੁੰਦੇ ਨੇ। ਇਹ ਸਰਕਾਰ ਵੀ ਉਹਨਾਂ ਵਿੱਚ ਹੀ ਹੈ? ਸਾਰੀਆਂ ਸਰਕਾਰਾਂ ਇਹੋ ਜਿਹੀਆਂ ਨੇ, ਅਸੀਂ ਤਾਂ ਇਸ ਸਰਕਾਰ ਅਤੇ ਪਹਿਲੀ ਸਰਕਾਰ ਦਾ ਫਰਕ ਹੀ ਨਹੀਂ ਕੋਈ ਸਮਝਦੇ। ਵਿਰੋਧੀ ਤਾਂ ਕਹਿੰਦੇ ਸਰਕਾਰ ਦਿੱਲੀਓਂ ਚੱਲਦੀ ਹੈ, ਸਰਕਾਰਾਂ ਦਾ ਅਸੀਂ ਕਹਿੰਦੇ ਸੱਤ ਸਮੁੰਦਰੋਂ ਪਾਰ ਚੱਲਦੀ ਹੈ, ਤੁਸੀਂ ਦਿੱਲੀ ਕਹਿੰਦੇ ਹੋ। ਇਹਨਾਂ ਦੇ ਪ੍ਰਭੂ ਨੇ ਜਿਹੜੇ, ਹਰ ਇੱਕ ਦਾ ਪ੍ਰਭੂ ਪਿੱਛੇ ਬੈਠਾ ਹੁੰਦਾ। ਫਿਰ ਤਾਂ ਐਂ ਤਾਂ ਹੁਣ ਅਕਾਲੀਆਂ ਨੂੰ ਭਲਾ ਦੱਸੋ, ਅਕਾਲੀ ਬੀਜੇਪੀ ਦਾ ਅਲਾਇੰਸ ਸੀਗਾ, ਸਰਕਾਰ ਤਾਂ ਉਹਨਾਂ ਵੀ ਦਿੱਲੀਓਂ ਚੱਲਦੀ ਸੀ, ਕਾਂਗਰਸ ਰਹੀ ਆ ਉਹਨਾਂ ਦੀ ਵੀ ਦਿੱਲੀਓਂ ਚੱਲਦੀ ਸੀ, ਜੇ ਬੀਜੇਪੀ ਹੈਗੀ ਕੱਲ੍ਹ ਉਹਨਾਂ ਦੀ ਦਿੱਲੀ ਚੱਲੂਗੀ, ਜੇ ਕਾਮਰੇਡਾਂ ਨੇ ਹੈਗੀ ਉਹਨਾਂ ਦੀ ਵੀ ਦਿੱਲੀ ਜਾਂ ਕਿਤੇ ਹੋਰ ਤੋਂ ਚੱਲੂਗੀ। ਇਹਨਾਂ ਦੇ ਪਿਛਲੇ ਪਾਸੇ ਅਸਲ ਵਿੱਚ ਜਿੰਨੀਆਂ ਇਹ ਸਰਕਾਰਾਂ ਨੇ, ਜੇ ਕੋਈ ਇਹੋ ਜਿਹੀ ਸਰਕਾਰ ਨਹੀਂ ਜਿਹੜੀ ਕਾਰਪੋਰੇਟਾਂ ਤੋਂ ਬਾਗੀ ਹੋਵੇ ਜੀ, ਜਿਹੜੀ ਕਾਰਪੋਰੇਟ ਦੇ ਪਲੋਹ 'ਚ ਖੜ ਸਕਣ ਦੀ ਹਿੰਮਤ ਰੱਖਦੀ ਹੋਵੇ, ਇਹੋ ਜਿਹੀ ਕੋਈ ਸਰਕਾਰ ਨਹੀਂ ਹਿੰਦੁਸਤਾਨ 'ਚ। ਹਿੰਦੁਸਤਾਨ ਦੇ ਵਿੱਚ ਹੋਰ ਤੱਕ ਵੀ, ਚਾਹੇ ਕਮਿਊਨਿਸਟਾਂ ਦੀ ਸਰਕਾਰ ਹੈ ਕੇਰਲਾ ਦੇ ਵਿੱਚ, ਚਾਹੇ ਕੋਈ ਸਰਕਾਰ ਵੀ ਹੋਵੇ, ਹਿੰਦੁਸਤਾਨ ਦੇ ਵਿੱਚ ਕੋਈ ਵੀ ਸਰਕਾਰ ਕਾਰਪੋਰੇਟਾਂ ਦੇ ਫੈਸਲੇ ਦੇ ਮੁਤਾਬਕ ਫੈਸਲਾ ਕਰਨ ਦੀ ਜ਼ਰੂਰਤ ਨਹੀਂ ਕਰਦੀ। ਉਹਨਾਂ ਨੇ ਨਵੀਆਂ ਆਰਥਿਕ ਨੀਤੀਆਂ ਇਹਨਾਂ ਨੂੰ ਹਰ ਹਾਲਤ 'ਚ ਲਾਗੂ ਕਰਨੀਆਂ। ਤੁਸੀਂ ਦੇਖੋਗੇ ਕਿਸੇ ਦੇ ਚੋਣ ਮੈਨੀਫੈਸਟੋ 'ਚ ਨਹੀਂ ਪਾਇਆ ਹੋਊਗਾ ਕਿ ਮੈਂ ਕੋਈ ਵੀ ਪ੍ਰਾਈਵੇਟ ਸਕੂਲ ਨਹੀਂ ਖੁੱਲ੍ਹਣ ਦੇਊਂਗਾ, ਕੋਈ ਪ੍ਰਾਈਵੇਟ ਹਸਪਤਾਲ ਨਹੀਂ ਹੋਊਗਾ, ਕੋਈ ਪ੍ਰਾਈਵੇਟ ਟੋਲ ਪਲਾਜ਼ਾ ਨਹੀਂ ਹੋਊਗਾ, ਕੋਈ ਨਿੱਜੀਕਰਨ ਦੀ ਨੀਤੀ ਮੈਂ ਲਾਗੂ ਨਹੀਂ ਕਰੂੰਗਾ ਆਪਦੇ ਸੂਬੇ ਦੇ ਵਿੱਚ, ਕੋਈ ਸਰਕਾਰ ਕਹਿਣ ਦੀ ਚੋ ਕਰਨਾ ਤਾਂ ਦੂਰ ਦੀ ਗੱਲ, ਚੋਣ ਮੈਨੀਫੈਸਟੋ ਦੇ ਵਿੱਚ ਨਹੀਂ ਪਾ ਸਕਦਾ। ਕਹੇ ਕੋਈ ਕਿ ਜਿਹੜੀਆਂ ਨਵੀਆਂ ਆਰਥਿਕ ਨੀਤੀਆਂ ਨੇ ਮੈਂ ਨਹੀਂ ਲਾਗੂ ਕਰੂੰਗਾ, ਪਾਣੀ 'ਤੇ ਕਬਜ਼ਾ ਨਹੀਂ ਮੈਂ ਹੋਣ ਦਿੰਦਾ, ਮੰਡੀਆਂ 'ਤੇ ਕਬਜ਼ਾ ਨਹੀਂ ਮੈਂ ਹੋਣ ਦਿੰਦਾ, ਵਿੱਦਿਆ ਦਾ ਨਿੱਜੀਕਰਨ ਨਹੀਂ ਹੋਣ ਦਾ, ਸਿਹਤ ਸੇਵਾਵਾਂ ਦਾ ਨਿੱਜੀਕਰਨ ਨਹੀਂ ਹੋਣ ਦਾ, ਲਿਖ ਲਏ ਕੋਈ ਚੋਣ ਮੈਨੀਫੈਸਟੋ 'ਚ ਲੈ ਕੇ ਆ ਜੇ, ਜਾਂ ਲਿਖ ਲਏ ਕੋਈ ਮੈਂ ਕਾਣੀ ਵੰਡ ਖਤਮ ਕਰ ਦੂੰਗਾ, ਇੱਥੇ ਜ਼ਮੀਨਾਂ ਦੀ ਬਰਾਬਰ ਵੰਡ ਕਰ ਦੂੰਗਾ, ਇੱਥੇ ਲਿਖ ਲਏ ਕੋਈ ਨਹੀਂ ਲਿਖੂਗਾ ਕੋਈ। ਅਗਲਾ, ਤੁਸੀਂ ਜੀਰੇ ਦੀ ਵੀ ਗੱਲ ਕੀਤੀ, ਕੀ ਲੱਗਦਾ ਵੀ ਅਗਲਾ ਸਟੈਪ ਕੋਈ ਵੱਡਾ ਪੁੱਟ ਲੈਣਾ ਚਾਹੀਦਾ ਹੈ ਜਿਸ ਤਰੀਕੇ ਨਾਲ ਸਰਕਾਰ 'ਤੇ ਪ੍ਰੈਸ਼ਰ ਬਿਲਡ ਹੋ ਸਕੇ? ਦੇਖੋ, ਇਹਦੀ ਅਗਵਾਈ ਜਿਹੜੀ ਉੱਥੇ ਦੀ ਸਥਾਨਕ ਕਮੇਟੀ, ਐਕਸ਼ਨ ਕਮੇਟੀ ਬਣਾਈ ਹੋਈ ਹੈ ਲੋਕਾਂ ਦੀ, ਐਕਸ਼ਨ ਨੇ ਜਿਹੜੇ ਪਲਾਨ ਉਹਨਾਂ ਨੇ ਕਰਨੇ ਆ, ਘੋਲ ਦੀਆਂ ਫਾਰਮਾਂ ਉਹ ਤੈਅ ਕਰਦੇ। ਤੁਸੀਂ ਵੱਡੇ ਘੋਲ ਲੜੇ, ਤੁਸੀਂ ਰਾਇ ਤਾਂ ਦੇ ਸਕਦੇ ਹੋ? ਹਾਂ, ਅਸੀਂ ਰਾਇ ਦੇ ਸਕਦੇ ਹਾਂ, ਰਾਇ ਦੇ ਸਕਦੇ ਹਾਂ, ਜੇ ਰਾਇ ਮੰਗਣਗੇ ਰਾਇ ਦੇਵਾਂਗੇ। ਜਿਵੇਂ ਹੁਣ ਚੱਲ ਰਿਹਾ ਉਹਨਾਂ ਦਾ ਫੈਕਟਰੀ ਬੰਦ, ਕੋਈ ਛੋਟਾ ਐਕਸ਼ਨ ਨਹੀਂ ਹੈ, ਜੇ ਤੁਸੀਂ ਕਹੋ ਵੀ ਉਹ ਕੋਈ ਛੋਟਾ ਐਕਸ਼ਨ ਹੈ, ਕਿਸੇ ਫੈਕਟਰੀ ਨੂੰ ਬੰਦ ਕਰਕੇ ਬੈਠਣਾ ਅਤੇ 6-7 ਮਹੀਨੇ ਬੈਠਣਾ,
ਇਹ ਕੋਈ ਛੋਟਾ ਐਕਸ਼ਨ ਨਹੀਂ, ਪਹਿਲਾਂ ਹੀ ਬਹੁਤ ਵੱਡਾ ਐਕਸ਼ਨ ਹੈ। ਅਤੇ ਇਹਦੇ ਮੁਕਾਬਲੇ ਜੇ ਕੋਈ ਹੋਰ ਕੋਈ ਸੜਕ ਰੋਕ ਕੇ ਬੈਠਣਾ ਜਾਂ ਪਬਲਿਕ ਨੂੰ ਤੰਗ ਕਰਨ ਵਾਲੀ ਗੱਲ ਕਰਨਾ ਜਾਂ ਐਂ ਮੋਰਚਾ ਲਾ ਕੇ ਬਹਿ ਜਾਣਾ, ਇਹਦੇ ਅਸਲ 'ਚ ਇਹ ਉਹਦੇ ਨਾਲੋਂ ਜ਼ਿਆਦਾ ਹੈ। ਉਹ ਜਿਹੜਾ ਮੋਰਚਾ ਉਹਨਾਂ ਨੇ ਪਹਿਲੇ ਮੋਰਚਾ ਲਾ ਰੱਖਿਆ ਉਹੀ ਬਹੁਤ ਸਖ਼ਤ ਹੈ। ਗ੍ਰਹਿ ਜੀ, ਸਰਕਾਰ ਤਾਂ ਇਹ ਵੀ ਗੱਲ ਕਹਿੰਦੀ ਹੈ, ਕਹਿੰਦੇ ਜਿਹੜਾ ਸਾਰਾ ਮੋਰਚਾ ਚੱਲੀ ਜਾਂਦਾ, ਜੀਰਾ ਮੋਰਚਾ ਚੱਲੀ ਜਾਂਦਾ, ਇੱਕ ਪੋਲੀਟੀਕਲ ਹੈ, ਇਹਦੇ ਪਿੱਛੇ ਕੋਈ ਪੋਲੀਟੀਕਲ ਫੀਲਡ ਕੰਮ ਕਰ ਰਹੇ? ਮੈਨੂੰ ਤਾਂ ਨਹੀਂ ਲੱਗਦਾ ਵੀ ਕੋਈ ਪੋਲੀਟੀਕਲ ਹੈ, ਕਿਉਂਕਿ ਐਂ ਤਾਂ ਠੀਕ ਹੈ ਕੋਈ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਨੇ ਇਸ ਗੱਲ ਤੋਂ ਤਾਂ ਵਿਚਾਰ ਰੱਖਿਆ ਨਹੀਂ, ਕਿਉਂਕਿ ਜਿਹਨੂੰ ਤਕਲੀਫ ਹੁੰਦੀ ਹੈ ਉਹਨੂੰ ਤਾਂ ਜਿਹੜਾ ਵੀ ਹਾਦਾ ਨਾਰਾ ਕੋਈ ਮਾਰਨ ਜਾਂਦਾ ਹੈ ਉਹਦੀ ਗੱਲ ਸੁਣਨੀ ਪੈਂਦੀ ਹੈ। ਐਂ ਤਾਂ ਉੱਥੇ ਸਾਰੇ ਲੋਕ ਜਾ ਕੇ ਬੋਲ ਕੇ ਆਏ ਆ, ਕਾਂਗਰਸ ਵੀ ਬੋਲ ਕੇ ਆਏ ਨੇ, ਅਕਾਲੀ ਵੀ ਬੋਲ ਕੇ ਆਏ ਹੋਣਗੇ, ਸ਼ਾਇਦ ਬਹੁਤ ਸਾਰੇ ਹੋਰ ਲੋਕ ਵੀ ਬੋਲ ਕੇ ਆਏ ਨੇ, ਇਹ ਤਾਂ ਗੱਲ ਹੈ। ਪਰ ਉਹ ਜਿਹੜੀ ਅਗਵਾਈ ਕਰਨ ਵਾਲੀ ਹੈ ਉਹ ਉਹਨੂੰ ਕੋਈ ਪੋਲੀਟੀਕਲ ਗਾਈਡਲਾਈਨ ਮਿਲਦੀ ਹੈ? ਇਹ ਗੱਲ ਤੁਸੀਂ ਛੱਡ ਲਓ, ਇਹ ਗੱਲ ਤੁਸੀਂ ਛੱਡ ਲਓ ਵੀ ਉਹਨੂੰ ਗਾਈਡ ਕੌਣ ਕਰਦਾ। ਤੁਸੀਂ ਇਹ ਦੇਖੋ ਵੀ ਮਸਲਾ ਗਲਤ ਹੈ ਕਿ ਠੀਕ ਹੈ, ਆਪਾਂ ਇਹਨੂੰ ਇੱਥੇ ਦੇਖੀਏ, ਚਾਹੇ ਉਹਨੂੰ ਕੋਈ ਪੋਲੀਟੀਕਲ ਗਾਈਡ ਕਰਦਾ, ਚਾਹੇ ਉਹਨੂੰ ਕੋਈ ਵੀ ਗਾਈਡ ਕਰਦਾ, ਚਾਹੇ ਕੋਈ ਜਥੇਬੰਦੀ ਗਾਈਡ ਕਰਦੀ ਹੈ, ਉਹਨੂੰ ਇਹ ਦੇਖੋ ਵੀ ਮਸਲਾ ਠੀਕ ਹੈ ਕਿ ਗਲਤ। ਇਹ ਤਾਂ ਫੈਸਲਾ ਹੋ ਜਾਣਾ ਚਾਹੀਦਾ। ਜੇ ਮਤਲਬ ਗਲਤ ਹੈ ਤਾਂ ਦੱਸ ਦਿਓ ਵੀ ਤੁਸੀਂ ਗਲਤ ਲੜ ਰਹੇ ਹੋ। ਜਿਵੇਂ ਅਮਨ ਅਰੋੜੇ ਦਾ ਆਇਆ ਵੀ ਧਰਨਾ ਤਾਂ ਜੀ ਇਹ ਗੈਰ ਕਾਨੂੰਨ ਵੀ ਲੈ ਕੇ ਬੈਠੋ, ਤੁਸੀਂ ਬੈਠ ਕੇ ਤਾਂ ਦੇਖੋ ਸਰਦੀਆਂ ਦੇ ਰੁੱਤ 'ਚ ਬਾਹਰ ਇੱਕ ਦਿਨ ਉੱਥੇ ਜਿਹੜੇ ਬੈਠੇ ਨੇ ਤੁਸੀਂ ਤਾਂ ਉੱਥੇ ਜਾ ਕੇ ਆਏ ਮੋਰਚੇ 'ਚ, ਸਾਡਾ ਵੀ 400 ਬੰਦਾ 500 ਬੰਦਾ ਲਗਭਗ ਦੇ 200 ਦੇ 400 ਰਹਿੰਦਾ ਉੱਥੇ, ਜਿਹੜੇ ਉੱਥੇ ਰਾਤ ਕੱਟਦੇ ਨੇ ਤੁਸੀਂ ਦੱਸਿਓ ਅੱਜ ਠੰਡ ਕਿੰਨੀ ਪੈਂਦੀ ਹੈ ਉੱਥੇ ਰਾਤ ਜਿਹੜੇ ਰਹਿਣਗੇ, ਉਹਨਾਂ ਨੂੰ ਜਾ ਕੇ ਪੁੱਛੋ ਸ਼ੌਕ ਹੈ ਉਹਨਾਂ ਦਾ ਉੱਥੇ। ਲੱਗਦਾ ਕਿ ਇਹ ਸਰਕਾਰਾਂ ਅਤੇ ਉਹ ਸਰਕਾਰਾਂ 'ਚ ਕੋਈ ਅੰਤਰ ਨਹੀਂ ਰਹਿ ਗਿਆ ਹੈ ਜੀ? ਉਹ ਜਿਹੜੀਆਂ ਪਹਿਲਾਂ ਸਰਕਾਰਾਂ ਸੀ ਜਾਂ ਹੁਣ ਵਾਲੀਆਂ ਸਰਕਾਰਾਂ 'ਚ ਕੋਈ ਅੰਤਰ ਨਹੀਂ ਰਹਿ ਗਿਆ? ਅਸੀਂ ਤਾਂ ਬਹੁਤ ਪਹਿਲਾਂ ਤੋਂ ਕਹਿੰਦੇ ਹਾਂ ਵੀ ਨਹੀਂ, ਸਰਕਾਰਾਂ ਤੋਂ ਝਾਕ ਨਾ ਕਰੋ, ਸਰਕਾਰਾਂ ਦੀ ਆਪਣੀ ਰਾਖੀ ਆਪ ਕਰੋ, ਸਰਕਾਰਾਂ ਬਦਲਣ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ, ਤੁਸੀਂ ਆਪਦੀ ਲੋੜ ਆਪਦੀ ਜ਼ਰੂਰਤਾਂ ਨੂੰ ਆਪਦੀਆਂ ਸਮੱਸਿਆਵਾਂ ਦਾ ਹੱਲ ਤੁਹਾਨੂੰ ਆਪ ਕੱਢਣਾ ਪੈਣਾ, ਇਹ ਸਿੱਖੋ, ਇਹ ਸਿੱਖਣਾ ਪੈਣਾ, ਇਹ ਤੁਹਾਡੇ ਕੋਲ ਹੈਗੇ ਨੇ ਇਹਨਾਂ ਦੇ ਹੱਲ। ਜੇ ਤੁਸੀਂ ਸਿਰ ਜੋੜ ਕੇ ਇਕੱਠੇ ਹੁੰਦੇ ਤਾਂ ਸਰਕਾਰਾਂ ਦੇ ਫੈਸਲੇ, ਅਦਾਲਤਾਂ ਦੇ ਫੈਸਲੇ, ਕੋਰਟਾਂ ਦੇ ਵੱਡੇ ਵੱਡੇ ਕਾਰਪੋਰੇਟਾਂ ਦੇ ਫੈਸਲੇ ਬਦਲ ਜਾਂਦੇ ਆ ਜੀ। ਅਗਰਾਂ ਜੀ, ਕੀ ਲੱਗਦਾ ਕਿ ਤੁਸੀਂ ਸੰਗਰੂਰ ਲੰਬਾ ਧਰਨਾ ਲਾਇਆ, ਅਸੀਂ ਵੀ ਸੰਗਰੂਰ ਕਵਰੇਜ ਕੀਤੀ ਹੈ, ਜਿਹੜੀਆਂ ਮੰਗਾਂ ਤੁਸੀਂ ਕਹਿਣ ਲੱਗੇ ਸੀ ਵੀ ਇਹ ਮੰਨੀਆਂ ਜਾਣ, ਕੀ ਸਰਕਾਰ ਨੇ ਮੰਨ ਲਈਆਂ? ਉਹ ਮੰਨ ਲੈਣਾ ਤਾਂ ਜਦੋਂ ਧਰਨੇ ਤੋਂ ਅਸੀਂ 2 ਦਿਨ ਪਹਿਲਾਂ ਸਾਡੀ ਮੀਟਿੰਗ ਹੋਈ ਆ ਭਗਵੰਤ ਮਾਨ ਨਾਲ, 9 ਤਰੀਕ ਨੂੰ ਅਸੀਂ ਧਰਨਾ ਲਾਉਂਦੇ, 7 ਤਰੀਕ ਦੀ ਸਾਡੀ ਮੀਟਿੰਗ ਹੋਈ, ਐਂ ਤਾਂ ਸਾਰੀਆਂ ਕਹਿਤਾ ਵੀ ਸਾਰੀਆਂ ਠੀਕ ਨੇ। ਜਿੰਨੀਆਂ ਹੁਣ ਤੱਕ ਸੰਸਥਾਵਾਂ ਜਿਹੜੀਆਂ ਵੀ ਉਹਦੇ ਨਾਲ ਗੱਲ ਕਰਨ ਗਈਆਂ ਨੇ, ਜਿੰਨੇ ਵੀ ਟੀਮਾਂ ਗੱਲ ਕਰੀ, ਭਾਵੇਂ ਮਜ਼ਦੂਰਾਂ ਦੀ, ਭਾਵੇਂ ਵਿਦਿਆਰਥੀਆਂ ਦੀ, ਭਾਵੇਂ ਬੇਰੁਜ਼ਗਾਰਾਂ, ਜਵਾਬ ਤਾਂ ਕਿਸੇ ਨੂੰ ਮਾਂ ਦੇ ਪੁੱਤ ਨੇ ਦਿੱਤੇ ਹੀ ਨਹੀਂ, ਅਤੇ ਕੀਤਾ ਹੈ ਨਹੀਂ ਕਿਸੇ ਦਾ ਵੀ ਕੁਛ। ਫਿਰ ਤੁਹਾਡਾ ਅਗਲਾ ਐਕਸ਼ਨ ਕੀ ਹੋਊਗਾ? ਸਾਡਾ ਤਾਂ ਕਾਹਦਾ ਐਕਸ਼ਨ ਹੈ, ਅਸੀਂ ਤਾਂ ਜਿਹੜੀ ਸਪੋਰਟ ਦਿੱਤੀ ਹੋਈ ਹੈ, ਜੋ ਉਹ ਕਹਿਣਗੇ ਉੱਧਰੋਂ ਹੁਕਮ ਆਊਗਾ ਐਕਸ਼ਨ ਕਮੇਟੀ ਦਾ, ਉਹ ਅਸੀਂ ਮਦਦ ਕਰਾਂਗੇ। ਇੱਕ ਨਾ ਭਾਰਤ ਜੋੜੋ ਜਿਹੜੀ ਯਾਤਰਾ ਰਾਹੁਲ ਗਾਂਧੀ ਨੇ ਸ਼ੁਰੂ ਕੀਤੀ ਹੋਈ ਹੈ, ਕੱਲ੍ਹ ਬਾਪੂ ਹਰਜੀਤ ਸਿੰਘ ਡਿਬਡਬਾ ਨੇ ਉਹਨਾਂ ਦਾ ਸਮਰਥਨ ਕੀਤਾ, ਉਹਨਾਂ ਨੇ ਇਹ ਵੀ ਗੱਲ ਕਹੀ ਹੈ, ਕਹਿੰਦੇ ਜੀ ਕਿਸਾਨੀ ਅੰਦੋਲਨ ਦੇ ਵਿੱਚ ਰਾਹੁਲ ਗਾਂਧੀ ਨੇ ਸਾਡੀ ਬਹੁਤ ਮਦਦ ਕੀਤੀ ਹੈ, ਅਤੇ ਹੋਰ ਕਿਸਾਨ ਜਥੇਬੰਦੀਆਂ ਨੂੰ ਜਿਵੇਂ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਡਿਬਡਬੇ ਦਾ ਕਿਸਾਨ ਅੰਦੋਲਨ ਦੇ ਵਿੱਚ ਕੀ ਸੀ? ਉਹਦਾ ਕੀ ਸੀ? ਉਹਦਾ ਪੋਤਾ ਸ਼ਹੀਦ ਹੋਇਆ, ਉਹਦਾ ਪੋਤੇ ਦੀ ਆਪਦੇ ਮੁੰਡੇ ਨਾਲ ਡਿਬਡਬੇ ਨਹੀਂ ਬਣਦੀ, ਉਹਦੇ ਮੁੰਡੇ ਨੇ ਆ ਕੇ ਕਿਹਾ ਵੀ ਮੇਰਾ ਜਿਹੜਾ ਬਾਪੂ ਹੈ ਉਹ ਮੇਰੇ ਮੁੰਡੇ 'ਤੇ ਆਪਦੀ ਸਿਆਸਤ ਕਰਨਾਉਂਦਾ। ਇਹ ਡਿਬਡਬੇ ਦੇ ਬਾਰੇ ਉਹਦੇ ਪਿਓ ਨੇ, ਉਹਦੇ ਮੁੰਡੇ ਦੇ ਫਾਦਰ ਨੇ ਸਾਡੇ ਕੋਲ ਆ ਕੇ ਗੱਲ ਕੀਤੀ, ਇਸ ਕਰਕੇ ਡਿਬਡਬੇ ਦੀ ਆਪਦੀ ਸਿਆਸਤ ਉਹਨੂੰ ਚੰਗਾ ਲੱਗਦਾ ਰਾਹੁਲ ਗਾਂਧੀ ਨਾਲ ਜਾਵੇ, ਸਾਡਾ ਤਾਂ ਕੋਈ ਇਤਰਾਜ਼ ਨਹੀਂ। ਕੀ ਲੱਗਦਾ ਕਿ ਕਿਸਾਨੀ ਅੰਦੋਲਨ ਦੇ ਵਿੱਚ ਰਾਹੁਲ ਗਾਂਧੀ ਨੇ ਮਦਦ ਕੀਤੀ ਹੈ ਅੰਦੋਲਨ? ਇਹ ਤੁਸੀਂ ਅੰਦੋਲਨ ਦੇ ਵਿੱਚ ਰਹੋ, ਪੋਲੀਟੀਕਲ ਪਾਰਟੀ ਨੂੰ ਅਸੀਂ ਕਿਸੇ ਨੇ ਨੇੜੇ ਨਹੀਂ ਲੱਗਣ ਦਿੱਤਾ, ਅਤੇ ਰਾਹੁਲ ਨੇ ਸਾਡੀ ਕਾਹਦੀ ਮਦਦ ਕੀਤੀ ਹੈ? ਸਾਡੀ ਤਾਂ ਲੋਕਾਂ ਨੇ ਮਦਦ ਕੀਤੀ ਹੈ, ਸਾਡੀ ਮੀਡੀਆ ਨੇ ਮਦਦ ਕੀਤੀ ਹੈ, ਸਾਡੇ ਪੰਜਾਬ ਦੇ, ਹਿੰਦੁਸਤਾਨ ਦੇ, ਹਰਿਆਣੇ ਦੇ, ਪੰਜਾਬ ਦੇ, ਯੂਪੀ ਦੇ ਆਮ ਲੋਕਾਂ ਨੇ, ਕਿਰਤੀ ਲੋਕਾਂ ਨੇ ਮਦਦ ਕੀਤੀ ਹੈ, ਅਸੀਂ ਤਾਂ ਕਦੇ ਕਿਸੇ ਪੋਲੀਟੀਕਲ ਪਾਰਟੀ ਤੋਂ ਮਦਦ ਮੰਗੀ ਨਹੀਂ, ਅਤੇ ਦੇਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਹੁਣ ਤੱਕ ਦਾ ਕਾਰਜਕਾਲ ਨੂੰ ਪੰਜਾਬ ਦੀ ਸਰਕਾਰ ਨੂੰ ਕਿਸ ਤਰ੍ਹਾਂ ਵੇਖਦੇ? ਇਹ ਤਾਂ ਤੁਹਾਨੂੰ ਜ਼ਿਆਦਾ ਪਤਾ, ਤੁਸੀਂ ਮੀਡੀਆ ਦੇ ਵਿੱਚ ਰਹਿੰਦੇ ਹੋ, ਅਤੇ ਸਾਡੇ ਭਾਅ ਤਾਂ ਹੁਣ ਤੱਕ ਉਹਨਾਂ ਤੋਂ ਅਜੇ ਬਹੁਤਾ ਕੁਛ ਬਣਿਆ ਨਹੀਂ ਜਿੰਨਾ ਕਹਿੰਦੇ ਸੀ, ਕੋਈ ਐਡਾ ਇਹ ਕੋਈ ਬਦਲਾਅ ਵਾਲੀ ਕੋਈ ਦਿਖੀ ਨਹੀਂ ਗੱਲ ਜੀ। ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ ਬਾਪੂ ਜੀ, ਤੁਸੀਂ ਇੰਨੀ ਠੰਡ ਦੇ ਵਿੱਚ ਸਾਨੂੰ ਕੀਮਤੀ ਸਮਾਂ ਦਿੱਤਾ, ਥੈਂਕ ਯੂ। ਤੁਹਾਡਾ ਵੀ ਧੰਨਵਾਦ, ਤੁਸੀਂ ਬੜੀ ਦੂਰੋਂ ਆਏ ਹੋ ਜੀ। ਇਹ ਸੀ ਭਾਰਤੀ ਕਿਸਾਨ ਯੂਨੀਅਨ ਅਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਅਗਰਾਹਾਂ, ਜਿਨ੍ਹਾਂ ਨੂੰ ਜੀਰੇ ਮੋਰਚੇ ਨੂੰ ਲੈ ਕੇ ਤਮਾਮ ਸਵਾਲ ਜਵਾਬ ਕੀਤੇ। ਤੁਸੀਂ ਜੁੜੇ ਰਹੋ ਲੋਕ ਰਾਏ ਟੀ ਵੀ ਦੇ ਨਾਲ, ਕੈਮਰਾਮੈਨ ਸੰਦੀਪ ਦੇ ਨਾਲ ਪਰਮਿੰਦਰ ਸਿੰਘ, ਧੰਨਵਾਦ।